talks about the same historical places of Pakistan, same Gurdwara, the temples of Pakistan, same period footsteps in Pakistan, Punjab, the heritage of Pakistan, and this is my Pakistan. تمام پیجز دے نال میں تھوڑا اپنا ہوسٹ بابا جی کھورے سچ سنتالی دے دا بٹر ٹروتھ آف دی 1947 دے نال میں لے کے حاضر ہویا ہاں اج تانوں میں پنڈ وچ آیا ہاں جدا نام ہے دورا بدال 5 میل 15 کلومیٹر جڑا ہے او ایسٹ والی سائڈ دے تے ہے گجر خان تو تحصیل گجر خان تو جدوں تسی آندے ہو دورا بدال والے پاسے رستے وچ فنگر آندا ہے پھر ਅੰਬ ਆਉਂਦਾ ਹੈ ਔਰ ਕੌਂਤਰੀਲਾ ਆਉਂਦਾ ਹੈ ਸਾਰੇ ਮੈਂ ਕਰਦਾ ਹੋਇਆ ਅੱਜ ਮੈਂ ਜਿਹੜੇ ਨੇ ਸਿੱਖ ਪੀਰੀਅਡ ਫੁੱਟਸਟੈਪਸ ਲੱਭਦਾ ਹੋਇਆ ਅੱਜ ਮੈਂ ਜੀਵਨਦੀਪ ਇੱਕ ਵੀਰ ਜੀ ਨੇ ਜਿਹੜੇ ਆਪਣੇ ਪੇਜ ਦੇ ਉੱਤੇ ਨੇ ਸਰਦਾਰ ਜੀਵਨਦੀਪ ਸਿੰਘ ਜੀਵਨਦੀਪ ਸਿੰਘ ਮੈਂ ਤੁਹਾਨੂੰ ਦੱਸਾਂ ਕਿ ਅੰਮ੍ਰਿਤਸਰ ਦੇ ਵਿੱਚ ਰਾਇਸ਼ ਵਜ਼ੀਰ ਸਨ ਲੇਕਿਨ ਅੱਜ ਕੱਲ੍ਹ ਉਹ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਜਿਹੜਾ ਹੈ ਉਹ ਲੁਧਿਆਣਾ 'ਚ ਹੁੰਦੇ ਨੇ ਔਰ ਉਹਨਾਂ ਦਾ ਕੁਆਇਨ ਕਲੈਕਸ਼ਨ ਦਾ ਬਹੁਤ ਵੱਡਾ ਇੱਕ ਵਰਕ ਹੈ ਜਿਹੜੇ ਕਿ ਕਰੰਸੀ ਜਿਹੜੀ ਹੈ ਪੂਰੀ ਸਬ ਕੌਂਟੀਨੈਂਟ ਦੀ ਕਰੰਸੀ ਜਿਹੜੀ ਹੈ ਪੰਜਾਬੀ ਕਰੰਸੀ ਦੇ ਮੁਤਲਕ ਉਹਨਾਂ ਦਾ ਬਹੁਤ ਵੱਡਾ ਇੱਕ ਨਾਮ ਹੈ ਸਰਦਾਰ ਜੀਵਨਦੀਪ ਸਿੰਘ ਅਤੇ ਉਹ ਉਹਨਾਂ ਨੇ ਮੈਨੂੰ ਆਪਣੇ ਫੋਰ ਫਾਦਰਸ ਦੇ ਸਟੈਪਸ ਲੱਭਣ ਵਾਸਤੇ ਕੁਛ ਕਿਹਾ ਸੀ ਅਤੇ ਮੈਂ ਇਸ ਵੇਲੇ ਚੌਂਕ 'ਚ ਖਲੋਤਾ ਦੋਰਾ ਬਦਾਲ ਹੈ ਮੇਰੇ ਚੌਂਕ ਐਸਾ ਹੈ ਚੌਂਕ ਹੈ ਜਿਹਦੇ 'ਚੋਂ ਚਾਰ ਰਸਤੇ ਨਿਕਲਦੇ ਨੇ ਚੁਰਾਹਾ ਹੈ ਪੂਰਾ ਮੇਰਾ ਸਾਹਿਬ ਐਸਾ ਇੱਕ ਬਤਾਇਆ ਇੱਕ ਰਸਤਾ ਹੈ ਚੱਲ ਰਿਹਾ ਇਹ ਆ ਰਿਹਾ ਉਧਰੋਂ ਖਿੰਗਰ ਵਾਲੀ ਸਾਈਡ ਦੇ ਤੋਂ ਔਰ ਇਹ ਲੈਂਦੇ ਵਾਲੇ ਪਾਸੇ ਵਾਲਾ ਮੁੱਲ ਹੈ ਕੌਂਤਰੀਲਾ ਰੋਡ ਹੈ ਇਸ ਪਾਸੋਂ ਇਹ ਰਸਤਾ ਜਿਹੜਾ ਗੁਜਰ ਖਾਨ ਦਾ ਔਰ ਇਹ ਇਹ ਹਾਈ ਸਕੂਲ ਵਾਲਾ ਰਸਤਾ ਹੈ ਪੁਰਾਣਾ ਹੈ ਜਿਸ ਪਾਸੇ ਤੁਹਾਡੀ ਸ਼ਮਸ਼ਾਨ ਘਾਟ ਹੈ ਤਿੰਨ ਖੂਹ ਸਨ ਔਰ ਇਹ ਪੂਰੀ ਆਬਾਦੀ ਜਿਹੜੀ ਹੈ ਦੋਰਾ ਬਦਾਲ ਲਈ ਜਿਹੜੀ ਹੈ ਬਹੁਤ ਮਸ਼ਹੂਰ ਜਗ੍ਹਾ ਇਹ ਚੌਂਕ ਸੀ ਜਿਹਦੇ ਚਾਰੋਂ ਪਾਸੇ ਸਰਦਾਰਾਂ ਦੇ ਘਰ ਹੁੰਦੇ ਸਨ ਜਿੱਥੇ ਕਿ ਤਮਾਮ ਸਿੱਖ ਪੀਰੀਅਡ ਦੇ ਫੁੱਟ ਸਟੈਪਸ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਵਕਤ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਡਿੱਗ ਪਈਆਂ ਨੇ ਹੁਣ ਇਹਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾ ਸਕਦਾ ਕਿਉਂਕਿ 1947 ਤੋਂ ਬਾਅਦ ਜਿਹੜਾ ਹੈ ਹਾਲਾਤ ਕੁਛ ਚੇਂਜ ਹੋ ਗਏ ਇੱਥੇ ਕੋਈ ਇਤਨੀ ਸਟੈਬਿਲਿਟੀ ਨਹੀਂ ਸੀ ਲੋਕਾਂ ਦੇ ਬਹੁਤ ਬੜੇ ਬਿਜ਼ਨਸ ਨਹੀਂ ਸਨ ਲਿਹਾਜ਼ਾ ਆਹਿਸਤਾ ਆਹਿਸਤਾ ਕੱਚੀ ਮਿੱਟੀ ਦੇ ਕੱਚੀਆਂ ਕੰਧਾਂ ਸਨ ਜਿਹੜੀਆਂ ਨੇ ਵਕਤ ਦੇ ਨਾਲ ਢਹਿੰਦੀਆਂ ਗਈਆਂ ਅਤੇ ਮੈਂ ਤੁਹਾਨੂੰ ਦਿਖਾਉਣਾ ਵਾਂ ਇੱਕ ਪੁਰਾਣੀ ਹਵੇਲੀ ਹੈ ਜਿਹੜੀ ਕਿ ਜਿਹਨੂੰ ਇੱਥੇ ਦੁਕਾਨ ਸੀ ਇੱਕ ਹਵੇਲੀ ਸੀ ਉਹਦੇ ਕੁਛ ਆਸਾਰ ਬਾਕੀ ਨੇ ਔਰ ਇੱਕ ਬਜ਼ੁਰਗ ਨੇ ਮੈਂ ਉਹਨਾਂ ਨਾਲ ਗੱਲ ਕਰਦਾ ਚਾਹੁੰਦਾ ਔਰ ਮੈਂ ਤੁਹਾਨੂੰ ਮੈਂ ਦੱਸਦਾ ਚਾਹਾਂ ਜੀਵਨਦੀਪ ਸਾਹਿਬ ਮੈਂ ਬਹੁਤ ਇੱਥੋਂ ਪੁੱਛਗਛ ਕੀਤੀ ਹੈ ਲੇਕਿਨ ਮੈਨੂੰ ਕੋਈ ਖਾਸ ਫੁੱਟਸਟੈਪਸ ਨਹੀਂ ਮਿਲਦੇ ਨੇ ਲੇਕਿਨ ਜਿਹੜਾ ਮੈਨੂੰ ਪਤਾ ਚੱਲਿਆ ਕਿ ਵੀ ਇਹ ਕਾਰ ਜਿਹੜਾ ਹੈ ਉਹ ਤੁਹਾਡੇ ਜਿਹੜੇ ਬਜ਼ੁਰਗ ਸਨ ਜਿਹੜੀ ਮੈਨੂੰ ਤੁਸੀਂ ਪੂਰੀ ਇਨਫੋਰਮੇਸ਼ਨ ਦਿੱਤੀ ਸੀ ਸੰਤ ਬਾਈ ਨਿਹਾਲ ਸਿੰਘ ਔਰ ਜਿਹੜੇ ਸਨ ਆਫ ਸਨ ਹਰਮਾਨ ਸਿੰਘ ਦੇ ਹਰਮਾਨ ਸਿੰਘ ਜੀ ਦੇ ਮੁਤਲਕ ਮੈਂ ਦੱਸਦਾ ਚਾਹਾਂ ਸਰਦਾਰ ਹਰਮਾਨ ਸਿੰਘ ਇਸ ਦੋਰਾ ਬਦਾਲ ਦੇ ਉਹ ਨਾਮਵਰ ਸ਼ਖਸੀਅਤ ਨੇ ਜਿਨ੍ਹਾਂ ਨੇ ਕਿ ਐਕਸਾਈਜ਼ ਐਂਡ ਟੈਕਨੀਸ਼ੀਅਨ ਦੇ ਵਿੱਚ ਰਾਵਲਪਿੰਡੀ ਦੇ ਅੰਦਰ ਜਿਹੜੇ ਸਨ ਕਲਾਸ 1 ਦੇ ਆਫੀਸਰ ਸਨ ਰਾਵਲਪਿੰਡੀ ਇੱਥੋਂ ਅੱਛਾ ਖਾਸਾ ਦੂਰ ਹੈ ਗੁਜਰ ਖਾਨ ਅਗਰ ਦੇਖਿਆ ਜਾਏ ਤਾਂ 15 ਕਿਲੋਮੀਟਰ ਹੈ ਅਤੇ ਉਸ ਤੋਂ ਬਾਅਦ 30-35 ਕਿਲੋਮੀਟਰ ਜਿਹੜਾ ਮਜ਼ੀਦ ਅੱਗੇ ਜਿਹੜਾ ਮੀਲ ਸੋਰੀ ਉਹ ਜਿਹੜਾ ਅੱਗੇ ਜਾ ਕੇ ਰਾਵਲਪਿੰਡੀ ਆਉਂਦਾ ਔਰ ਇੱਥੋਂ ਕਿਸੇ ਐਕਸਾਈਜ਼ ਆਫੀਸਰ ਦਾ ਚੁਣਿਆ ਜਾਣਾ ਕੋਈ ਅਨੋਖੀ ਜਿਹੀ ਗੱਲ ਲੱਗਦੀ ਹੈ ਲਾਜ਼ਮੀ ਗੱਲ ਹੈ ਕਿ ਅਗਰ ਕੋਈ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਏਗਾ ਜਾਂ ਬਹੁਤ ਜ਼ਿਆਦਾ ਐਜੂਕੇਟਿਡ ਹੋਏਗਾ ਉਹੀ ਐਕਸਾਈਜ਼ ਆਫੀਸਰ ਜਾ ਕੇ ਲੱਗ ਸਕਦਾ ਹੈ ਔਰ ਇੱਕ ਇਹਨਾਂ ਦੇ ਭਾਈ ਇੱਥੋਂ ਜਿਹੜੇ ਸਨ ਆਰਮੀ ਆਫੀਸਰ ਸਨ ਔਰ ਤੀਸਰੇ ਚਾਈਨਾ ਦੇ ਵਿੱਚ ਬਿਜ਼ਨਸ ਕਰਦੇ ਸਨ ਜਿਹੜੇ ਕਰ ਰਹੇ ਸਨ ਆਪਣਾ ਆਰਮੀ ਦੇ ਵਿੱਚ ਜੋਬ ਕਰ ਰਹੇ ਸਨ ਉਹ ਰਾਮ ਸਿੰਘ ਸਨ ਔਰ ਨਿਹਾਲ ਸਿੰਘ ਬਾਈ ਜਿਹੜਾ ਸੰਤ ਸਨ ਉਹਨਾਂ ਦੇ ਕੁਛ ਨਿਸ਼ਾਨਾਤ ਨੇ ਪਿੱਛੇ ਮੈਂ ਤੁਹਾਨੂੰ ਉੱਥੇ ਲੈ ਜਾਣਾ ਵਾਂ ਜਿਹੜੀ ਇੱਕ ਪਵਿੱਤਰ ਸਥਾਨ ਹੈ ਉਹ ਵੀ ਦਿਖਾਵਾਂਗਾ ਲੇਕਿਨ ਆਓ ਉਸ ਤੋਂ ਪਹਿਲੇ ਜਿਹੜੀ ਮੈਂ ਤੁਹਾਨੂੰ ਮੈਂ ਘਰ ਦਿਖਾਉਂਦਾ ਜਾਵਾਂ ਮਿਰਜ਼ਾ ਸਾਹਿਬ ਉਹ ਪੁਰਾਣੇ ਘਰ ਨੇ ਜਾਂ ਉਹ ਪੁਰਾਣੇ ਆਸਾਰ ਨੇ ਜੀਵਨਦੀਪ ਜੀ ਦੋਰਾ ਬਦਾਲ ਇਸ ਮੇਨ ਚੌਕ ਦੇ ਨਾਲ ਜਿਹੜੇ ਇਹ ਪਹਿਲਾ ਘਰ ਤਾਂ ਇਸ ਤੋਂ ਸਾਰਾ ਜਿਹੜੀ ਵੱਡੀ ਹਵੇਲੀ ਸੀ ਉਹ ਡਿੱਗ ਪਈ ਹੈ ਉਸ ਤੋਂ ਬਾਅਦ ਦੂਸਰੀ ਹਵੇਲੀ ਹਲੇ ਵੀ ਬਾਕੀ ਹੈ ਜਿਹਦੇ ਥੱਲੇ ਇੱਕ ਦੁਕਾਨ ਹੈ ਫਿਰ ਉਸ ਤੋਂ ਬਾਅਦ ਪਹਿਲੇ ਐਂਟਰੈਂਸ ਦੇ ਉੱਤੇ ਇੱਕ ਬੈਠਕ ਹੈ ਫਿਰ ਉਸ ਦੇ ਪਿੱਛੇ ਇੱਕ ਰੂਮ ਹੈ ਸਾਈਡ ਰੂਮ ਹੈ ਫਿਰ ਉੱਤੇ ਫਸਟ ਫਲੋਰ ਸੀ ਸੈਕਿੰਡ ਫਲੋਰ ਜਿਹੜੀ ਉਤਲੇ ਫਲੋਰਸ ਨੇ ਉਹ ਡਿੱਗ ਚੁੱਕੇ ਨੇ ਮੈਂ ਆਓ ਉਹਨਾਂ ਦੀ ਤੁਹਾਨੂੰ ਥੋੜ੍ਹੀ ਜਿਹੀ ਜਿਹੜੀ ਆਈਡੈਂਟੀਫਿਕੇਸ਼ਨ ਕਰਵਾਉਂਦਾ ਜਾਵਾਂ ਐਂਟਰੈਂਸ ਸੀ ਘਰ ਦੀ ਇਹ ਘਰ ਦੀ ਐਂਟਰੈਂਸ ਹੈ ਇੱਥੋਂ ਦਾਖਲ ਹੋਇਆ ਜਾਂਦਾ ਸੀ ਨਾਲ ਹੀ ਦੁਕਾਨ ਸੀ ਠੀਕ ਹੈ ਜੀ ਰੈਂਟ ਆਊਟ ਸੀ ਇਹ ਹੀਰਾ ਸਿੰਘ ਕੁਲ
ਦੁਕਾਨ ਜਿਹੜੀ ਸੀ ਰੈਂਟ ਆਊਟ ਸੀ ਹੀਰਾ ਸਿੰਘ ਕੋਲ ਸਨ, ਬਾਈ ਨਿਹਾਲ ਸਿੰਘ ਜਿਹੜੇ ਸਨ, ਪ੍ਰੋਪਰਟੀ ਉਹਨਾਂ ਦੀ ਸੀ ਲੇਕਿਨ ਉਹਨਾਂ ਕੋਲ ਇੱਥੇ ਜਿਹੜੀ ਔਨ ਰੈਂਟ ਸੀ। ਉਸ ਤੋਂ ਬਾਅਦ ਉਹਨੂੰ ਡਿਕਲੇਅਰ ਕੀਤਾ ਗਿਆ 1947 ਤੋਂ ਬਾਅਦ ਜਿਹੜਾ ਰੈਜੀਡੈਂਸ ਵੀ ਰਹੀ ਹੈ, ਫਿਰ ਉਸ ਤੋਂ ਬਾਅਦ 65 ਤੋਂ ਬਾਅਦ ਇਸ ਜਗ੍ਹਾ ਨੂੰ ਪਟਵਾਰਖਾਨਾ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ। ਅਤੇ ਅੱਜ ਤਕਰੀਬਨ ਨੀਅਰ ਅਬਾਊਟ ਹੈ ਡਿਮੋਲਿਸ਼ਡ ਹੈ ਇਹ ਬਿਲਡਿੰਗ ਹੈ। ਇੱਕ ਬਜ਼ੁਰਗ ਬੈਠੇ ਹੋਏ ਨੇ, ਆਓ ਜ਼ਰਾ। ਅਸਲਾਮ ਵਾਲੇਕੁਮ ਬਾਬਾ ਜੀ, ਕਿਹਾ ਸਿਮ ਸ਼ਰੀਫ ਹੈ ਆਪਣਾ? ਮੁਹੰਮਦ ਅਕਰਮ ਜੀ। ਇਹ ਜੀ ਮੁਹੰਮਦ ਅਕਰਮ ਸਾਹਿਬ ਨੇ, ਬਜ਼ੁਰਗ ਨੇ, ਔਰ ਇਹਨਾਂ ਨੇ ਉਮਰ ਉਸ ਵੇਲੇ ਜਿਹੜੀ ਸੀ 5 ਤੋਂ 7 ਸਾਲ ਉਮਰ ਸੀ ਜਦੋਂ 1947 ਦੀਆਂ ਗੱਲਾਂ ਇਹਨਾਂ ਨੂੰ ਮੋਟੀਆਂ ਮੋਟੀਆਂ ਸਾਰੀਆਂ ਯਾਦ ਨੇ। ਥੋੜ੍ਹੀ ਦੇਰ ਪਹਿਲੇ ਇਹਦੇ ਨਾਲ ਗੱਲ ਹੋਈ ਹੈ, ਫਿਰ ਇਹਨਾਂ ਨਾਲ ਮੈਂ ਡਿਟੇਲ ਨਾਲ ਗੱਲ ਕਰਨਾ। ਤੁਸੀਂ ਪਹਿਲੇ ਥੋੜ੍ਹਾ ਜਿਹਾ ਆ ਕੇ ਇਹ ਹਵੇਲੀ ਦਾ ਥੋੜ੍ਹਾ ਜਿਹਾ ਮੈਨੂੰ ਹਿੱਸਾ ਦਿਖਾ ਦਿਓ। ਦੁਕਾਨ ਦੇਖੋ ਜਿਹੜਾ ਸੀ ਇਹ ਮੇਨ ਸ਼ੋਪ ਸੀ, ਉਸ ਤੋਂ ਬਾਅਦ ਫਸਟ ਫਲੋਰ ਜਿਹੜਾ ਉਹ ਦੇਖੋ, ਹਲੇ ਵੀ ਉਹ ਖਿੜਕੀਆਂ ਔਰ ਉਹ ਜਿਹੜੇ ਵਰਗੇ ਵਗੈਰਾ ਨੇ ਉਹਦੇ ਉਸੇ ਤਰ੍ਹਾਂ ਹੀ ਨੇ, ਖੁਦ ਬਾ ਖੁਦ ਹੀ ਗਿਰੇ ਨੇ, ਕਿਸੇ ਨੇ ਤੋੜਿਆ ਨਹੀਂ ਹੈ, ਕਿਸੇ ਨੇ ਟਾਇਆ ਨਹੀਂ ਹੈ ਇਹਨੂੰ। ਜਿਹੜਾ ਸਭ ਆਉਂਦਾ ਹੈ ਇਹ ਉਹ ਪੁਰਾਣੀ ਹਵੇਲੀ ਸੀ ਜਿਹੜੀ ਕਿ ਪੁਰਖਾਂ ਦੇ ਨਾਲ ਤੁਹਾਡੇ ਤਲਕ ਰੱਖਦੀ ਹੈ। ਇਹ ਉਸ ਦੌਰ ਜਦੋਂ ਕਿ ਇੱਥੇ ਲੋਕਲ ਕਨਵੈਂਸ ਨਹੀਂ ਸੀ, ਕੋਈ ਚੀਜ਼ ਨਹੀਂ ਸੀ, ਉਹਦੇ ਬਾਵਜੂਦ ਵੀ ਐਡਾ ਵੱਡਾ ਘਰ ਸੀ ਹੈ ਕਿ ਤਕਰੀਬਨ 5 ਤੋਂ 7 ਮਰਲੇ ਵਿੱਚ ਹੈ, ਲੇਕਿਨ ਇੱਕ ਵੱਡਾ ਕਮਰਾ ਹੈ, ਫਿਰ ਇੱਕ ਸਾਈਡ ਰੂਮ ਹੈ, ਫਿਰ ਇਹ ਵਾਲੀ ਦੁਕਾਨ ਹੈ, ਫਿਰ ਇਹ ਵਾਲਾ ਜਿਹੜੀ ਹੈ ਡਿਉੜੀ ਹੈ ਜਿੱਥੋਂ ਕਿ ਘਰ ਦੇ ਅੰਦਰ ਦਾਖਲ ਹੋਇਆ ਜਾਂਦਾ ਸੀ। ਔਰ ਉਸ ਤੋਂ ਬਾਅਦ ਇਸ ਜਗ੍ਹਾ 'ਤੇ ਕਮਰਾ ਸੀ, ਔਰ ਅੱਗੇ ਬਾਕੀ ਹਵੇਲੀ ਸੀ ਜਿਹੜੀ ਕਿ ਵਕਤ ਦੇ ਨਾਲ ਨਾਲ ਉਹ ਸਾਹਮਣੇ ਦੇਖੋ ਤੁਸੀਂ। ਇਹ ਮੇਨ ਘਰ ਹੈ ਜੀ ਤੁਹਾਡਾ, ਇਹ ਕਮਰਾ ਬੰਦ ਕੀਤਾ ਹੋਇਆ, ਇਹ ਲੱਕੜੀ ਦੀਆਂ ਬਾਰੀਆਂ ਨੇ ਜਿੱਥੇ ਤੁਹਾਡੇ ਬਜ਼ੁਰਗ ਔਰ ਵੱਡੇ ਜਿਹੜੇ ਸਨ ਇਸ ਚੀਜ਼ ਨੂੰ ਯੂਜ਼ ਕਰਦੇ ਸਨ। ਔਰ ਇਸ ਤਰ੍ਹਾਂ ਦਰਵਾਜ਼ਾ ਰਹਿ ਗਿਆ, ਕਮਰਾ ਗਿਰ ਗਿਆ ਇਸ ਦਰਵਾਜ਼ੇ ਨੂੰ। ਇਹ ਵੀਰ ਜੀ ਸੰਤ ਬਾਈ ਨਿਹਾਲ ਸਿੰਘ ਸਾਹਿਬ ਦਾ ਘਰ ਹੈ, ਸਨ ਆਫ ਹਰਮਾਨ ਸਿੰਘ, ਹਰਮਾਨ ਸਿੰਘ ਔਰ ਗ੍ਰੈਂਡ ਫਾਦਰ ਸਨ ਹੈ ਜੀਵਨਦੀਪ ਸਿੰਘ ਜੀ ਦੇ। ਉਹ ਦੇਖੋ ਤਾਲਾ ਅੱਜ ਵੀ ਲੱਗਾ, ਤਾਲੇ ਲੱਗੇ ਹੀ ਛੱਤਾਂ ਡਿੱਗੀਆਂ ਨੇ। ਇਹ ਖੋਰੇ ਸੱਚ 47 ਦੇ ਨਾਲ ਤੁਹਾਨੂੰ ਅਸੀਂ ਕੁਝ ਚੀਜ਼ਾਂ ਦਿਖਾਵਾਂਗੇ, ਸੁਣਾਵਾਂਗੇ, ਲੇਕਿਨ ਜੋ ਸੱਚ ਹੈ ਉਹੀ ਦਿਖਾਇਆ ਜਾਏਗਾ। ਝੂਠ ਦੇ ਕੋਈ ਪੈਰ ਨਹੀਂ ਹੁੰਦੇ, ਝੂਠ ਦਾ ਕੋਈ ਸਿਰ ਨਹੀਂ ਹੁੰਦਾ, ਝੂਠੀ ਗੱਲ ਕਰਨ 'ਤੇ ਕਰਨ ਵਾਲੇ 'ਤੇ ਖੁਦਾ ਦੀ ਲਾਣਤ ਹੁੰਦੀ ਹੈ। ਇਹ ਬਹੁਤ ਜਲ ਸ਼ਾਇਦ ਐਸੇ ਬਰਸਾਤ 'ਚ ਡਿੱਗ ਜਾਵੇ ਔਰ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਦਿਨ ਹੋਰ ਸਾਹ ਬਾਕੀ ਨੇ ਇਸ ਬਿਲਡਿੰਗ ਦੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਸਿਕਰੇਟ ਫੁੱਟ ਸਟੈਪਸ ਇਨ ਪਾਕਿਸਤਾਨ, ਇਹ ਹੈ ਮੇਰਾ ਪਾਕਿਸਤਾਨ, ਸ਼ਾਬਰੀ ਸਿੰਘ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਔਰ ਬਹੁਤ ਜਲਦ ਮੈਂ ਤੁਹਾਨੂੰ ਖੋਰੇ ਸੱਚ 47 ਦੇ ਬਾਰੇ 'ਚ ਬਾਬਾ ਜੀ ਦੀਆਂ ਥੋੜ੍ਹੀਆਂ ਨਮਕੀਨ ਔਰ ਥੋੜ੍ਹੀਆਂ ਮਿੱਠੀਆਂ ਯਾਦਾਂ ਜਿਹੜੀਆਂ ਨੇ, ਕੁਛ ਖੋਰੀਆਂ ਯਾਦਾਂ ਨੇ, ਉਹ ਤਮਾਮ ਯਾਦਾਂ ਜਿਹੜੀਆਂ ਨੇ ਮੈਂ ਤੁਹਾਨੂੰ ਦਿਖਾਵਾਂਗਾ। ਇਹ ਉਸੇ ਪੀਰੀਅਡਸ ਦੀਆਂ ਕੁਛ ਦੁਕਾਨਾਂ ਨੇ ਪੁਰਾਣੀਆਂ, ਤੁਸੀਂ ਦੇਖ ਰਹੇ ਹੋ ਵਿਲੇਜ ਦੌਰਾ ਬਦਾਲ, ਇੰਸਪੈਕਟਰਸ ਵਿਲੇਜ ਆਫ ਦੀ ਜੀਵਨਦੀਪ ਸਿੰਘ। ਔਰ ਇਹ ਘਰ ਹੈ ਸੰਤ ਬਾਈ ਨਿਹਾਲ ਸਿੰਘ ਦਾ, ਔਰ ਇਹਨਾਂ 'ਤੇ ਰੈਂਟ ਆਊਟ ਸਨ ਇੱਥੇ ਅੱਗੇ ਜਿਹੜੇ ਸੀ ਹੀਰਾ ਸਿੰਘ ਸਨ, ਜਿਨ੍ਹਾਂ ਦੀ ਇੱਥੇ ਗੋਲਡ ਸਮਿਥ ਦੀ ਦੁਕਾਨ ਸੀ। ਬਹੁਤ ਪਿਆਰੀਆਂ, ਬਹੁਤ ਖੋਰੀਆਂ ਔਰ ਬਹੁਤ ਅੱਛੀਆਂ ਯਾਦਾਂ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਇਸ ਤੋਂ ਬਾਅਦ ਮੈਂ ਕਰਾਂਗਾ ਇੰਟਰਵਿਊ ਖੋਰੇ ਸੱਚ 47 ਦੇ ਹਵਾਲੇ ਦੇ ਨਾਲ। ਐਟਲੀਸਟ ਜੀਵਨਦੀਪ ਜੀ ਮੈਂ ਪਹੁੰਚ ਆਇਆ ਵਾਂ ਤੁਹਾਡੇ ਘਰ ਤੱਕ, ਉਮੀਦ ਹੈ ਕਿ ਗ੍ਰੈਂਡ ਪੇਰੈਂਟਸ ਜਿਹੜੇ ਨੇ ਉਹ ਦੇਖ ਕੇ ਇਸ ਨੂੰ ਜ਼ਰੂਰ ਖੁਸ਼ ਹੋਣਗੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।